ਲਓ ਜੀ, ਮੈਂ ਤੇ ਮੇਰੇ ਫਰੈਂਡ ਅੱਜ ਆਏ ਹੋਏ ਆ ਬ੍ਰਿੰਤੀ ਨੂੰ ਮਦੋਨਾ ਦੇ ਲਾ ਕਰੋਨਾ ਹਕੀਜ਼ਾ ਦੇਖਣ, ਤੇ ਆ ਜਾਓ ਤੁਹਾਨੂੰ ਵੀ ਲੈ ਚੱਲਦੇ ਆ। ਆਪਾਂ ਜਾਣਾ ਆ ਇੱਥੇ ਤੇ ਆਪਾਂ ਹੈਗੇ ਆ ਪਤਾ ਨਹੀਂ ਕਿੱਥੇ। ਆ ਰਿਹਾ ਰਸਤਾ ਸਾਰਾ ਚੜ੍ਹਾਈ ਦਾ ਆ, ਆ ਪੌੜੀਆਂ ਉੱਪਰ ਨੂੰ ਜਾਂਦੀਆਂ ਆ ਤੇ ਠੰਡ ਬਹੁਤ ਜ਼ਿਆਦਾ ਹੈ। ਇੱਕ ਚੀਜ਼ ਦੱਸਣੀ ਭੁੱਲ ਗਿਆ, ਇਸ ਕਿਸੇ 'ਤੇ ਜਾਣ ਲਏ 1600 ਪੌੜੀਆਂ ਆ ਜਿਹੜੀਆਂ ਚੜ੍ਹਨੀਆਂ ਪੈਂਦੀਆਂ ਅਤੇ ਅਸੀਂ ਸਾਰੇ ਜਾਣੇ ਚੜ੍ਹਦੇ ਪਏ ਆ, ਇਹ ਫੋਟੋਆਂ ਖਿੱਚਦੇ ਪਏ ਆ। ਆਪਾਂ ਰਸਤੇ ਦੇ ਅੱਧ 'ਚ ਪਹੁੰਚ ਚੁੱਕੇ ਆ ਐਂਡ ਵਿਊ ਬੱਲੇ ਬੱਲੇ ਆ। ਥੋੜ੍ਹਾ ਜਿਹਾ ਖਾਣ ਪੀਣ ਤੋਂ ਬਾਅਦ 'ਚੋਂ, ਬ੍ਰੇਕ ਤੋਂ ਬਾਅਦ 'ਚੋਂ ਸਾਹ ਲੈ ਕੇ ਆਪਾਂ ਚੱਲੇ ਹਾਂ ਹੁਣ ਅੱਧਾ ਰਸਤਾ ਪੂਰਾ ਕਰ। ਇੱਥੇ ਉੱਪਰ ਆਉਂਦਾ ਰਸਤਾ ਇੱਕ ਗੱਡੀ 'ਚ ਵੀ ਹੈਗਾ, ਸੜਕ ਬਣੀ ਹੋਈ ਆ, ਬਟ ਆ ਜਿਹੜਾ ਚੜ੍ਹਾਈ ਚੜ੍ਹਨ ਦਾ ਮਜ਼ਾ ਆ ਬਹੁਤ ਹੀ ਜ਼ਿਆਦਾ ਮਜ਼ਾ ਆ। ਬਟ ਜਿਹਨੇ ਵੀ ਆਉਣਾ ਇੱਥੇ ਚੜ੍ਹਾਈ ਚੜ੍ਹ ਕੇ ਆਵੇ, ਕਿਉਂਕਿ ਕਾਫੀ ਵਧੀਆ ਵਿਊ ਤੇ ਐਕਸਰਸਾਈਜ਼ ਵਧੀਆ ਹੋ ਜਾਂਦੀ ਆ। ਅੱਗੇ ਰਸਤਾ ਹੋਰ ਜ਼ਿਆਦਾ ਡੇਂਜਰਸ ਹੋ ਰਿਹਾ ਹੈ। ਲਓ ਜੀ, ਆਪਾਂ ਇੱਥੇ ਆਹ ਗੁਫਾ ਜਿਹੀ 'ਚ ਪਹੁੰਚੇ ਹਾਂ ਤੇ ਉਹਨਾਂ ਨੇ ਜੀਜਸ ਦੀ ਫੋਟੋ ਲਗਾਈ ਹੋਈ ਆ ਤੇ ਤੁਸੀਂ ਇੱਥੇ ਆਪਣੀ ਸਾਈਨ ਕਰ ਸਕਦੇ ਹੋ ਕਿ ਤੁਸੀਂ ਇੱਥੇ ਆਏ ਸੀਗੇ, ਨਿਸ਼ਾਨੀ ਰੱਖਣ ਲਈ। ਸੋ ਰਸਤਾ ਹਾਲੇ ਪਿਆ ਆ ਕਾਫੀ, ਚੜ੍ਹੇ ਚੋਦੋ, ਬਟ ਵਿਊ ਪਿੱਛੇ ਕਾਫੀ ਸੋਹਣਾ ਆ। ਲਗਭਗ ਪਹੁੰਚ ਹੀ ਗਏ ਆ, ਉਹ ਸਾਹਮਣੇ ਕੇਸਾ ਦਿਸਦਾ ਪਿਆ ਆ ਸਾਨੂੰ ਉਹਨੂੰ। ਫਾਈਨਲੀ ਆਪਾਂ ਪਹੁੰਚ ਚੁੱਕੇ ਹਾਂ ਮਦੋਨਾ ਦੇ ਲਾ ਕਰੋਨਾ, ਆਹ ਜੀਜਸ ਦੀ ਫੋਟੋ ਲੱਗੀ ਹੋਈ ਆ ਉਹਦੀ ਮਦਰ ਦੇ ਨਾਲ। ਇੱਥੇ ਤੁਸੀਂ ਆਪਣੀਆਂ ਮੋਮਬੱਤੀਆਂ ਵਗੈਰਾ ਜਗਾ ਕੇ, ਵਿਸ਼ ਵਗੈਰਾ ਆਪਣੀ ਮੰਗ ਕੇ ਤੁਸੀਂ ਅੱਗੇ ਕਿਸੇ ਵੱਲ ਨੂੰ ਜਾ ਸਕਦੇ ਹੋ। ਆਹ ਤੁਹਾਨੂੰ ਇੱਥੇ ਦਾ ਵਿਊ ਦਿਖਾਵਾਂ। ਟਾਈਮ ਲੱਗਾ ਬਟ ਪਹੁੰਚ ਗਏ, ਕਿਸਾ ਬਹੁਤ ਵਧੀਆ ਹੈ, ਜਦ ਦੇਖ ਸਕਦੇ ਹੋ ਅੱਧਾ ਪਹਾੜੀ ਦੇ ਅੰਦਰ ਅੰਦਰ ਹੈ, ਜਿੱਦਾਂ ਕਿ ਬਹੁਤ ਵਧੀਆ ਚੀਜ਼ ਬਣਾਈ ਹੈ ਜਿਹਨੇ ਵੀ ਬਣਾਈ ਆ, ਇੱਕ ਵਾਰ ਤਾਂ ਬੰਦਾ ਜ਼ਰੂਰ ਆਵੇ। ਕਿਸੇ ਦੇ ਅੰਦਰ ਦਿਖਾਉਂਦੇ ਆ ਕੀ ਆ। Thank you.
ਤੁਸੀਂ ਦੇਖ ਸਕਦੇ ਹੋ ਕਿ ਪਹਾੜੀ ਦਾ ਕੁਛ ਹਿੱਸਾ ਜਿਹੜਾ ਹੈ ਚਰਚ ਦੇ ਅੰਦਰ ਵੀ ਹੈ ਐਂਡ ਪਹਾੜਾਂ ਤੋਂ ਜਿਹੜਾ ਪਾਣੀ ਥੱਲੇ ਨੂੰ ਜਾਂਦਾ ਹੈ ਉਹ ਥੋੜ੍ਹਾ ਥੋੜ੍ਹਾ ਇਸ ਚਰਚ ਦੇ ਅੰਦਰ ਵੀ ਹੈ ਅਤੇ ਥੱਲੇ ਨੂੰ ਜਾ ਰਿਹਾ ਹੈ। ਪੁਆਇੰਟ ਹੈ ਜਿੱਥੋਂ ਪੂਰਾ ਦਾ ਪੂਰਾ ਕੇਸਾ ਯਾਨੀ ਕਿ ਚਰਚ ਜਿਹੜਾ ਹੈ ਦਿਸਦਾ ਹੈ। ਇੱਥੇ ਬੱਸ ਸਟੇਸ਼ਨ ਵੀ ਆ, ਬੱਸ ਆਉਂਦੀ ਹੈ ਪਰ ਸਰਦੀਆਂ ਦੇ ਵਿੱਚ ਬੱਸ ਨਹੀਂ ਆਉਂਦੀ, ਪੈਦਲ ਹੀ ਥੱਲੇ ਜਾਣਾ ਪੈਣਾ ਅੱਜ। ਕੇਸਾ ਦੇਖ ਲਿਆ ਆਪਾਂ, ਹੁਣ ਥੱਲੇ ਉਤਰਦੇ ਪਏ ਹਾਂ। ਕਿੱਦਾਂ ਦਾ ਲੱਗਾ? ਬੈਲੀਸੀਮੋ, ਯਾਨੀ ਕਿ ਵਧੀਆ ਲੱਗਾ। ਉੱਪਰ ਚੜ੍ਹਨ ਨੂੰ 2 ਘੰਟੇ, ਥੱਲੇ ਉਤਰਨ ਨੂੰ ਜਾਂ ਬੰਦਾ ਹੈ 40 ਮਿੰਟ, ਕਿਉਂਕਿ ਬੰਦਾ ਗੋਲੀ ਵਾਂਗ ਥੱਲੇ ਨੂੰ ਜਾਂਦਾ ਗੋਲੀ ਵਾਂਗ। ਤੁਹਾਨੂੰ ਕਿਹਾ ਆ ਵੀਡੀਓ ਬਣਾਉਣ 'ਤੇ ਬਹੁਤ ਮਿਹਨਤ ਲੱਗਦੀ ਆ, ਲਾਈਕ ਕਮੈਂਟ ਸਾਰਾ ਫਿਰ ਵੀ ਕੋਈ ਨਹੀਂ ਮਾਰਦਾ।